ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਬਨੇਗਾ ਦੀ ਪ੍ਰਾਪਤੀ, ਸਭ ਲਈ ਰੁਜ਼ਗਾਰ ਦੀ ਗਰੰਟੀ, ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਰੰਟੀ ਐਕਟ ਅਤੇ ਪੰਜਾਬ ਵਿੱਚ ਲਗਾਤਾਰ ਡੂੰਘੇ ਹੋ ਰਹੇ ਪਾਣੀ ਦੇ ਵੱਧ ਰਹੇ ਸੰਕਟ, ਪਾਣੀਆਂ ਦੀ ਸੰਭਾਲ ਲਈ 4 ਜਥੇ ਪੰਜਾਬ ਲਈ ਸ਼ੁਰੂ ਕੀਤੇ ਗਏ ਨੇ ਔਰ ਇਹ ਜਥੇ ਪੰਜਾਬ ਦੀ ਜਵਾਨੀ, ਕਿਸਾਨੀ, ਮਜ਼ਦੂਰਾਂ ਨੂੰ, ਵਪਾਰੀਆਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਲਾਮਬੰਦ ਕਰਨ ਲਈ ਪੰਜਾਬ ਦੀ ਫਿਜ਼ਾ ਵਿੱਚ ਜਾਣਗੇ। ਅੱਜ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ, ਹਰ ਵਰਗ ਜਿਹੜਾ ਹੈ ਉਹ ਸੰਘਰਸ਼ਸ਼ੀਲ ਹੈ, ਸੰਘਰਸ਼ਾਂ ਵਿੱਚ ਕੁੱਦਿਆ ਹੋਇਆ ਹੈ। ਵਿਦਿਆਰਥੀਆਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ, ਜਿਹੜੇ ਅਨਇੰਪਲਾਇਮੈਂਟ ਨੇ ਉਹਨਾਂ ਨੂੰ ਜੋਬ ਨਹੀਂ ਦਿੱਤੀ ਜਾ ਰਹੀ, ਕਿਸਾਨ ਜਿਹੜੇ ਨੇ ਖੁਦਕਸ਼ੀਆਂ ਵਾਲੇ ਪਾਸੇ ਜਾ ਰਹੇ ਨੇ, ਮਜ਼ਦੂਰ ਜਿਹੜੇ ਨੇ ਉਹਨਾਂ ਕੋਲ ਕੋਈ ਕੰਮ ਕਾਰ ਨਹੀਂ ਹੈ। ਇਸ ਲਈ ਸਭ ਲਈ ਰੁਜ਼ਗਾਰ ਦੀ ਗਰੰਟੀ ਹੋਵੇ, ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਅਤੇ ਖੇੜੇ ਆਉਣ, ਇਸ ਮਕਸਦ ਨੂੰ ਲੈ ਕੇ ਅੱਜ ਜਿਹੜਾ ਇਹ 4 ਜਥੇ ਇਸ ਇਤਿਹਾਸਕ ਧਰਤੀ ਤੋਂ ਸ਼ੁਰੂ ਕੀਤੇ ਗਏ ਨੇ। ਪਰਮ ਗੁਣੀ ਭਗਤ ਸਿੰਘ, ਰਾਜਗੁਰੂ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੋਂ ਸ਼ੁਰੂ ਕੀਤੇ ਗਏ ਨੇ ਔਰ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਇਹ ਜਥੇ ਪੂਰੇ ਪੰਜਾਬ ਵਿੱਚ ਜਿਹੜਾ ਹੈ ਉਹ ਮਾਰਚ ਕਰਨਗੇ। ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਆ ਜਿਹੜਾ ਇੱਥੋਂ ਹੁਸੈਨੀਵਾਲਾ ਤੋਂ ਇੱਕ ਜਥੇ ਦੀ ਸ਼ੁਰੂਆਤ ਕੀਤੀ ਗਈ ਹੈ, ਜਿਹਦਾ ਮੁੱਖ ਮਕਸਦ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਨੇਗਾ ਨਾਂ ਦਾ ਕਾਨੂੰਨ ਆ ਜਿਹੜਾ ਉਹ ਪਾਸ ਹੋਵੇ। ਬਨੇਗਾ ਦਾ ਮਤਲਬ ਹੈ ਬੀ ਫੋਰ ਭਗਤ ਸਿੰਘ, ਐਨ ਫੋਰ ਨੈਸ਼ਨਲ, ਈ ਫੋਰ ਇੰਪਲਾਇਮੈਂਟ, ਜੀ ਫੋਰ ਗਰੰਟੀ ਅਤੇ ਏ ਫੋਰ ਐਕਟ। ਇਹ ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਰੰਟੀ ਐਕਟ ਦੇ ਜਿਹੜੇ ਪਹਿਲੇ ਅੱਖਰਾਂ ਨੂੰ ਲੈ ਕੇ ਅਸੀਂ ਇਹਨੂੰ ਸ਼ੋਰਟ ਨੇਮ ਦਿੱਤਾ ਬਨੇਗਾ। ਅਸੀਂ ਚਾਹੁੰਦੇ ਹਾਂ ਕਿ ਇਹ ਕਾਨੂੰਨ ਆ ਜਿਹੜਾ ਰੁਜ਼ਗਾਰ ਦੀ ਗਰੰਟੀ ਕਰਦਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਾਸ ਹੋਵੇ, ਜਿਹਦੇ ਤਹਿਤ ਹਰ 18 ਤੋਂ 58 ਸਾਲ ਦੇ ਮੁੰਡੇ ਕੁੜੀ ਨੂੰ ਜਿੰਨੀ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਕੰਮ ਮਿਲੇ ਅਤੇ ਕੰਮ ਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਤਨਖਾਹ ਹੋਵੇ। ਜਿਵੇਂ ਅਸੀਂ ਦੇਖਦੇ ਹਾਂ ਅੱਜ ਪੰਜਾਬ ਪੱਧਰ 'ਤੇ ਨਹੀਂ, ਦੇਸ਼ ਪੱਧਰ 'ਤੇ ਜਿਹੜਾ ਬੇਰੁਜ਼ਗਾਰੀ ਦਾ ਆਲਮ ਹੈ ਉਹ ਵੱਡੇ ਪੱਧਰ 'ਤੇ ਆ, ਜਿਹੜਾ ਉਹ ਨਿਗਾਰ ਵਾਲੇ ਪਾਸੇ ਨੌਜਵਾਨੀ ਨੂੰ ਆ ਜਿਹੜਾ ਉਹ ਲਿਜਾ ਰਿਹਾ। ਅਸੀਂ ਚਾਹੁੰਦੇ ਹਾਂ ਕਿ ਇਹ ਕੰਮ ਦੀ ਗਰੰਟੀ ਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਾਸ ਹੋਵੇ ਅਤੇ ਸੂਬੇ ਵੀ ਆ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਉਹ ਬਣਾਉਣ। ਇਸ ਕਾਨੂੰਨ ਦੇ ਤਹਿਤ ਆ ਜਿਹੜਾ ਉਹ ਹਰ ਸਿੱਖਿਅਤ, ਅਣਸਿੱਖਿਅਤ, ਅਰਧ ਸਿੱਖਿਅਤ ਨੂੰ ਆ ਜਿਹੜੀ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ 20,000 ਤੋਂ ਲੈ ਕੇ 35,000 ਰੁਪਈਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਏਗੀ। ਅਤੇ ਜੇ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜਾ ਕੰਮ ਨਹੀਂ ਦੇ ਸਕਦੇ, ਕਿਸੇ ਨੂੰ ਰੁਜ਼ਗਾਰ ਨਹੀਂ ਦੇ ਸਕਦੇ, ਤਾਂ ਉਹਨਾਂ ਲੋਕਾਂ ਨੂੰ ਜਿਹੜੇ ਅੱਜ 18 ਤੋਂ 58 ਸਾਲ ਦੀ ਉਮਰ ਆ ਬਤੀਤ ਕਰ ਰਹੇ ਆ ਅਤੇ ਉਹਨਾਂ ਨੂੰ ਕੰਮ ਦੀ ਜ਼ਰੂਰਤ ਹੈ, ਉਹਨਾਂ ਨੂੰ ਕੰਮ ਦਾ ਇੰਤਜ਼ਾਰ ਕਰਨ ਦੇ ਲਈ ਇਸ ਤਨਖਾਹ ਦਾ ਅੱਧਾ ਜਿਹੜਾ ਜਿੰਨੀ ਕੈਟਾਗਰੀ ਵਾਈਜ਼ ਬਣਦੀ ਆ ਉਹਦਾ ਤਨਖਾਹ ਦਾ ਅੱਧਾ ਕੰਮ ਇੰਤਜ਼ਾਰ।